ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋ ਅੱਜ ਦਾ ਮੁੱਦਾ। ਯੂਕੇ ਅਤੇ ਯੂਰਪ ਦੇ ਵਿੱਚ ਫਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ, ਵਿਚਾਰ ਵਟਾਂਦਰਾ ਅੱਜ ਵੀ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਭਗਦੇ ਜਾ ਰਹੇ ਹਨ। ਔਰ ਜੇਕਰ ਪੰਜਾਬ ਦੀ ਸਿਆਸਤ ਦਾ ਗੱਲ ਕਰੀਏ ਤਾਂ ਚਾਹੇ ਉਹ ਮੁੱਦੇ ਧਾਰਮਿਕ ਹੋਣ, ਸਮਾਜਿਕ ਹੋਣ, ਚਾਹੇ ਉਹ ਮੁੱਦੇ ਕਿਸੇ ਵੀ ਖੇਤਰ ਦੇ ਨਾਲ ਜੁੜੇ ਹੋਣ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਰੋਜ਼ ਕਾਲ ਕਰਕੇ ਦਿੰਦੇ ਹੋ ਔਰ ਸਾਡੇ ਨਾਲ ਸਾਂਝੇ ਕਰਦੇ ਹੋ। ਅਸੀਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਇਹ ਪ੍ਰੋਗਰਾਮ ਵਾਚ ਕਰਦੇ ਹਨ ਅਤੇ ਨਾਲ ਆਪਣੇ ਪ੍ਰਤੀਕਰਮ ਵੀ ਇਹਨਾਂ ਮੁੱਦਿਆਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਰੋਜ਼ਾਨਾ ਸਾਨੂੰ ਦਿੰਦੇ ਹੋ। ਆਪਾਂ 2 ਦਿਨ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਸਾਹਮਣੇ ਪੰਜਾਬ ਜਿਹੜਾ ਵਿਧਾਨ ਸਭਾ ਦਾ ਇਜਲਾਸ ਹੈ ਉਹਦੀ ਐਨਾਲਿਸਿਸ ਤੁਹਾਡੇ ਸਾਹਮਣੇ ਲੈ ਕੇ ਆਈਏ। ਅਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਥੋੜ੍ਹੀ ਦੇਰ ਪਹਿਲਾਂ ਹੀ ਅਗਰ ਅਸੀਂ ਇੰਡੀਆ ਦੇ ਟਾਈਮ ਦੀ ਗੱਲ ਕਰੀਏ, ਚੰਡੀਗੜ੍ਹ ਦੇ ਟਾਈਮ ਦੀ ਗੱਲ ਕਰੀਏ, ਤਾਂ ਕੁਝ ਘੰਟਿਆਂ ਪਹਿਲਾਂ ਹੀ ਇਹ ਜਿਹੜਾ ਇਜਲਾਸ ਹੈ ਖਤਮ ਹੋਇਆ। ਸਵੇਰੇ ਤੋਂ ਸ਼ੁਰੂ ਹੋਇਆ ਸੀਗਾ, ਬਹੁਤ ਅਹਿਮ ਅੱਜ ਦਾ ਦਿਨ ਮੰਨਿਆ ਜਾ ਰਿਹਾ ਸੀਗਾ। ਇਹ ਇਜਲਾਸ ਲਗਭਗ ਇੰਡੀਆ ਦੇ ਹਿਸਾਬ ਨਾਲ ਰਾਤ ਨੂੰ 10:30 ਜਾ ਕੇ ਖਤਮ ਹੋਇਆ, ਸਵੇਰੇ 11 ਸ਼ੁਰੂ ਹੋਇਆ ਇਜਲਾਸ ਦੇ ਜਿਹੜੇ 0 ਆਰ, ਉਸ ਤੋਂ ਬਾਅਦ ਕੁਸ਼ਚਨ ਆਰ ਸ਼ੁਰੂ ਹੋਇਆ, ਤਾਂ ਇਹਦਾ ਜਿਹੜਾ ਟਾਈਮ ਹੈ ਉਹ ਵਧਾ ਦਿੱਤਾ ਗਿਆ ਸੀਗਾ। ਅਤੇ ਬਹੁਤ ਕੁਝ ਇਸ ਇਜਲਾਸ ਦੇ ਵਿੱਚ ਵੇਖਣ ਨੂੰ ਮਿਲਿਆ ਜੋ ਅਸੀਂ ਐਨਾਲਿਸਿਸ ਪਿਛਲੇ 3 ਦਿਨਾਂ ਦੇ ਵਿੱਚ ਕਰਦੇ ਆ ਰਹੇ ਸੀਗੇ। ਅੱਜ ਉਹਦਾ ਨਿਚੋੜ, ਅੱਜ ਉਹਦੀ ਸਮਰੀ, ਅੱਜ ਉਹਦੀ ਗੱਲਬਾਤ ਅਸੀਂ ਰੱਖਾਂਗੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਮੁੱਦੇ ਦੇ ਵਿੱਚ, ਔਰ ਵਿਚਾਰ ਵਟਾਂਦਰਾ ਕਰਾਂਗੇ ਕਿ ਆਖਿਰਕਾਰ ਇਜਲਾਸ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਜਿਹੜੀਆਂ ਉਹ ਹੋਣੀਆਂ ਸੀਗੀਆਂ ਨਿਕਲ ਨਹੀਂ ਹੋ ਪਾਈਆਂ। ਮੁੱਖ ਮੈਂ ਤੁਹਾਨੂੰ ਗੱਲਾਂ ਦੱਸ ਦੇਵਾਂ ਜਿਹੜੀ ਇਜਲਾਸ ਦੇ ਵਿੱਚ ਹੋਈ ਹੈ। ਸਭ ਤੋਂ ਪਹਿਲਾਂ ਗੱਲ ਆਈ ਸੀਗੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ, ਜੋ ਕਿ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਲਗਭਗ ਕਰ ਰਹੇ ਸੀਗੇ। ਸਭ ਤੋਂ ਵੱਡਾ ਫੈਸਲਾ ਇਸ ਦੇ ਵਿੱਚ ਰੈਜ਼ੋਲਿਊਸ਼ਨ ਜਿਹੜਾ ਮਤਾ ਪਾਸ ਹੋਇਆ ਉਹ ਹੋਇਆ ਕਿ ਹੁਣ CBI ਤੋਂ ਹਟਾ ਕੇ ਪੁਲਿਸ ਜਾਂਚ ਕਰੇਗੀ ਜੀ। ਹੁਣ ਇਹ ਵੀ ਵੇਖਣਾ ਹੋਏਗਾ ਕਿ ਕੀ ਪੁਲਿਸ ਤਸਵੀਰ ਨੂੰ ਸਾਫ਼ ਕਰ ਪਾਏਗੀ ਬਰਗਾੜੀ ਕਾਂਡ ਨੂੰ, ਬੇਅਦਬੀਆਂ ਮਾਮਲੇ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ, ਜੋ ਕੱਲ੍ਹ ਅਕਾਲੀ ਦਲ ਦੇ ਨੁਮਾਇੰਦੇ 5-5, 10-10 ਰੁਪਏ ਦੇ ਭਾਅ ਵੇਚ ਰਹੇ ਸੀਗੇ, ਕਿ ਹੁਣ ਉਹ ਜਿਹੜੇ ਪੁਲਿਸ ਨੇ, ਪੰਜਾਬ ਪੁਲਿਸ ਹੈ, ਉਹ ਤਸਵੀਰ ਸਾਫ਼ ਕਰ ਪਾਏਗੀ ਕਿ ਨਹੀਂ ਕਰ ਪਾਏਗੀ। ਕੀ ਫਿਰ ਅਕਾਲੀ ਦਲ ਅੱਜ ਹੀ ਕੋਈ ਗੱਲ ਕਰਕੇ ਔਰ 1-1, 2-2 ਰੁਪਏ ਦੇ ਭਾਵ ਪੁਲਿਸ ਦੀ ਰਿਪੋਰਟ ਨੂੰ ਵੀ ਜਿਹੜਾ ਉਹ ਮੰਡੀ ਦੇ ਵਿੱਚ ਔਰ ਅਸੈਂਬਲੀ ਦੇ ਬਾਹਰ ਵੇਚਣਗੇ? ਇਹ ਜਿਹੜੇ ਸਵਾਲ ਨੇ ਇਹ ਬਣੇ ਹੋਏ ਨੇ। ਕੀ ਸਿਰਫ ਸਿਆਸਤ ਨਜ਼ਰ ਆ ਰਹੀ ਹੈ ਕਿ ਵਾਕਈ ਵਚਨਬੰਦ ਹੈ ਕੈਪਟਨ ਸਰਕਾਰ ਬੇਦਬੀਆਂ ਮਾਮਲੇ ਨੂੰ ਲੈ ਕੇ? ਤਾਂ ਉਸ ਤੋਂ ਇਲਾਵਾ ਜਿਹੜੇ ਹੋਰ ਮਤੇ ਸੀਗੇ, ਚਾਹੇ ਉਹ ਐਜੂਕੇਸ਼ਨ ਸੈਕਟਰ ਦਾ ਹੋਵੇ, ਲੈਂਡ ਐਂਡ ਐਕੁਜੀਸ਼ਨ ਬਿੱਲ ਨੂੰ ਲੈ ਕੇ ਹੋਏ, ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਦੀ ਆਪਸ ਦੇ ਵਿੱਚ ਆਰੋਪ ਪ੍ਰਤਿਆਰੋਪ ਦੀ ਗੱਲ 'ਚ ਹੋਈ ਔਰ ਇੱਕ ਦੂਜੇ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ, ਇੱਥੇ ਤੱਕ ਹੀ ਨਹੀਂ ਬਲਕਿ ਬਿਕਰਮ ਮਜੀਠੀਆ ਉੱਠ ਕੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆ ਗਏ। ਨਵਜੋਤ ਸਿੰਘ ਸਿੱਧੂ ਦਾ ਗੁੱਸਾ ਅਸੀਂ ਸਿਆਸੀ ਮੈਦਾਨ ਦੇ ਵਿੱਚ ਕਈ ਵਾਰ ਦੇਖਿਆ, ਲੇਕਿਨ ਕ੍ਰਿਕਟ ਦੇ ਮੈਦਾਨ ਦੇ ਉੱਤੇ ਅਸੀਂ ਕਈ ਵਾਰ ਵੇਖ ਚੁੱਕੇ ਨੇ, ਲੇਕਿਨ ਇਹੀ ਲੱਗ ਰਿਹਾ ਸੀਗਾ ਜੇਕਰ ਉਹਨਾਂ ਦੇ ਹੱਥ 'ਚ ਬੱਲਾ ਹੁੰਦਾ ਤਾਂ ਉਹ ਬੱਲਾ ਕਿਤੇ ਨਾ ਕਿਤੇ ਚੱਲ ਜਾਂਦਾ। ਅਤੇ ਇਹ ਕੁਝ ਵੇਖਣ ਨੂੰ ਅਸੈਂਬਲੀ ਦੇ ਵਿੱਚ ਮਿਲਿਆ। ਇਜਲਾਸ ਜਿਹੜਾ ਉਹ ਹੁੰਦਾ ਕਿ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ, ਪੰਜਾਬ ਦੇ ਉਹਨਾਂ ਗੰਭੀਰ ਵਿਸ਼ਿਆਂ ਦੀ ਗੱਲ ਕਰ ਲਈਏ ਜੋ ਕਿ ਪੰਜਾਬ ਦੀ ਇਸ ਧਰਤੀ ਦੇ ਉੱਤੇ ਭਖਦੇ ਜਾ ਰਹੇ ਹਨ। ਉਹ ਮੁੱਦੇ ਚੱਕੇ ਤਾਂ ਗਏ, ਲੇਕਿਨ ਵੇਖਣ ਨੂੰ ਕੁਝ ਹੋਰ ਮਿਲਿਆ ਅਸੈਂਬਲੀ ਦੇ ਵਿੱਚ, ਕਿਉਂਕਿ ਲਾਈਵ ਸੈਸ਼ਨ ਸੀਗਾ, ਕਈ ਪ੍ਰਾਈਵੇਟ ਚੈਨਲਾਂ ਨੇ ਇਹਨੂੰ ਲਾਈਵ ਵੀ ਕੀਤਾ ਸੀਗਾ। ਜਸਟ ਬ੍ਰੌਡਕਾਸਟਿੰਗ ਦੀ ਪੂਰੀ ਚੰਡੀਗੜ੍ਹ ਦੀ ਟੀਮ ਖੁਦ ਅਸੈਂਬਲੀ ਦੇ ਵਿੱਚ ਮੌਜੂਦ ਸੀਗੀ। ਪਲ ਪਲ ਦੀ ਜਾਣਕਾਰੀ ਅਸੀਂ ਤੁਹਾਨੂੰ ਆਪਣੇ ਹੋਰ ਪ੍ਰੋਗਰਾਮਾਂ ਦੇ ਰਾਹੀਂ ਦੇ ਰਹੇ ਸੀਗੇ। ਅਤੇ ਅੱਜ ਕੀ ਕੁਝ ਸਾਡੀ ਟੀਮ ਨੇ ਕੈਦ ਕੀਤਾ ਆਪਣੇ ਕੈਮਰੇ ਦੇ ਵਿੱਚ, ਪਹਿਲੇ ਤੁਹਾਨੂੰ ਉਹ ਰਿਪੋਰਟਾਂ, ਉਹ ਤੁਹਾਨੂੰ ਜਿਹੜੇ ਦ੍ਰਿਸ਼ ਨੇ ਉਹ ਦਿਖਾ ਦਈਏ। ਜਦੋਂ ਛਾਣਬੀਨ ਹੋ ਗਈ ਪੂਰੇ ਉਹਦੇ, ਕੁਝ ਕਹਿਣ ਨੂੰ ਰਹਿੰਦਾ ਨਹੀਂ, ਸਭ ਕੁਝ ਤਾਂ ਸਾਰਿਆਂ ਨੇ ਕਹਿਤਾ। ਇਹ ਜਿਹੜੀ ਰਿਪੋਰਟ ਹੈ ਇਹ ਅਸੀਂ ਅਸੈਂਬਲੀ ਤੋਂ ਇਲੈਕਸ਼ਨ ਤੋਂ ਪਹਿਲਾਂ ਕਹਿਤੀ ਸੀ ਕਿ ਅਗਰ ਅਸੀਂ ਸਰਕਾਰ ਚਾਹਵਾਂਗੇ ਤਾਂ ਇਹਦੀ ਅਸੀਂ ਬਿਲਕੁਲ ਚੰਗੀ ਤਰ੍ਹਾਂ ਪੜਤਾਲ ਕਰਵਾਵਾਂਗੇ ਕਿ ਇੱਥੇ ਬਰਗਾੜੀ ਵਿੱਚ ਹੋਇਆ ਕੀ। ਮੈਨੂੰ ਯਾਦ ਹੈ ਉਸ ਦਿਨ ਮੈਨੂੰ ਖਬਰ ਆਈ ਸੀ ਕਿ ਹੋਇਆ, ਕਾਫੀ 2-3 ਅਸੀਂ ਉੱਥੇ ਪਹੁੰਚੇ, ਪਿੰਡ ਵਿੱਚ ਗਏ, ਬੱਚੇ ਜਿਹੜੇ ਸੀ ਜ਼ਖਮੀ ਜਿਹੜੇ ਸੀ, ਇੱਕ ਦੀ ਤਾਂ ਰੀੜ ਦੀ ਹੱਡੀ ਦੇ ਵਿੱਚੋਂ ਗੋਲੀ ਨਿਕਲੀ ਸੀ ਅਤੇ ਉਹਦੇ ਦੋਨੋਂ ਟੰਗਾਂ ਨਹੀਂ ਚੱਲ ਰਹੀਆਂ ਸੀਆਂ, ਇੱਕ ਹੋਰ ਪੇਟ ਦੇ ਵਿੱਚ ਨਹੀਂ ਸੀ, ਹੋਰ ਛੋਟੀ ਛੋਟੀ ਜ਼ਖਮੀਆਂ, ਕਿਸੇ ਦਾ ਹੱਥ ਉੱਡ ਗਿਆ, ਕਿਸੇ ਦਾ ਅੰਗੂਠਾ ਉੱਡ ਗਿਆ, ਸਭ ਕੁਛ ਹੋ ਰਿਹਾ ਸੀ ਉੱਥੇ, ਸਾਰਾ ਉਹ ਦੇਖਿਆ ਸੀ ਉੱਥੇ ਜਿੱਥੇ ਉਹ ਵਾਕਿਆ ਹੋਇਆ। ਉੱਥੇ ਵੀ ਗਿਆ, ਮੇਨ ਸੜਕ ਸੀ, ਮੇਨ ਸੜਕ 'ਤੇ ਥੋੜ੍ਹੀ ਲਿੰਕ ਰੋਡ ਆਫ ਸ਼ੂਟ ਜਾਂਦੀ ਸੀ, ਉੱਥੇ ਬੈਠੇ ਸੀ, ਕੀਰਤਨ ਕਰ ਰਹੇ ਸੀ, ਪਾਠ ਕਰ ਰਹੇ ਸੀ, ਬਸ ਉਹੀ ਹੋ ਰਿਹਾ ਸੀ।
ਇਹ ਜਿਹੜੇ ਹੋਏ ਆ ਉਦੋਂ ਮਨ ਸਾਰਿਆਂ ਦੇ ਆ ਗਈ ਸੀ ਕਿ ਇਹਦਾ ਆਪਾਂ ਨੇ ਪੜਤਾਲ ਕਰਾਉਣੀ ਹੈ। ਜ਼ੋਰਾ ਸਿੰਘ ਕਮਿਸ਼ਨ ਬੈਠਾ, ਪਰ ਜਿਹੜੇ ਇਹ ਲੋਕ ਨੇ ਨਾ ਅੱਜ ਹੈ ਨਹੀਂ ਉਰੇ, ਇਹ ਤਾਂ ਜਾਣ ਕੇ ਨਹੀਂ ਆਇਆ। ਤੁਸੀਂ ਵੀ ਤੁਸੀਂ ਜਿਹੜੀ ਬਾਜਵਾ ਸਾਹਿਬ ਨੇ ਅੱਜ ਗੱਲ ਕਹੀ ਹੈ ਕਿ ਇਹ ਬਜ਼ੁਰਗ ਹੈ ਅਤੇ ਪਤਾ ਨਹੀਂ ਬਜ਼ੁਰਗ ਦੇ ਸਾਹਮਣੇ ਤਾਂ ਬਦਮਾਸ਼ ਹੈ। ਬਦਮਾਸ਼ ਤਾਂ ਮੈਂ ਨਾ ਕਹਾਂ, ਪਰ ਆਈ ਵਿਲ ਟੈਲ ਯੂ ਵਾਟ ਹੀ ਇਜ਼। ਇਹ ਪ੍ਰਕਾਸ਼ ਸਿੰਘ ਬਾਦਲ ਨਹੀਂ, ਇਹ ਬੁਜ਼ਦਿਲ ਹੈ, ਐਂਡ ਅਪਾਰਟ ਫਰੋਮ ਬੁਜ਼ਦਿਲ ਇਹ ਬਿਲਕੁਲ ਝੂਠਾ ਆਦਮੀ ਹੈ। ਮੈਂ ਤਾਂ ਇਹਦੇ ਨਾਲ ਨਿਪਟਿਆ, ਤੁਸੀਂ ਨਿਪਟੇ ਨਹੀਂ, ਮੈਂ ਤਾਂ ਵਿੱਚ ਰਿਹਾ ਇਹਦੇ ਨਾਲ। ਸਿਰਫ ਮਨਪ੍ਰੀਤ ਔਰ ਮੈਂ ਜਾਣਦੇ ਹਾਂ ਚੰਗੀ ਤਰ੍ਹਾਂ ਕਿਸ ਕਿਸਮ ਦਾ ਆਦਮੀ ਹੈ। ਵੀ ਨੋ ਹਿਮ ਵੈਲ, ਇਹ ਸਦਨ ਤੋਂ ਮੈਨੂੰ ਪੜ੍ਹਾਇਆ ਸੀ, ਪਤਾ ਨਹੀਂ ਕਹੀਏ ਪੂਰੇ ਸੇਮ ਬੰਦੇ ਆਪਣੇ ਮੈਂਬਰ ਮੈਨੂੰ ਕਢਾ ਕੇ ਇੱਕ ਟਾਂਡੇ ਦੀ ਕਮੇਟੀ ਬਣਾ ਲਈ, ਮੈਨੂੰ ਬਾਹਰ ਮਾਰਿਆ। ਮੈਨੂੰ ਫਿਰ ਉੱਥੋਂ ਜਾ ਕੇ ਸੁਪਰੀਮ ਕੋਰਟ ਤੋਂ 5 ਮੈਂਬਰ ਕੌਂਸਟੀਟਿਊਸ਼ਨਲ ਬੈਂਚ ਨੇ ਮੈਨੂੰ ਦੁਬਾਰਾ ਇਹਨਾਂ ਨੂੰ ਕੀਤਾ, ਫਿਰ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ। ਇਸ ਕਿਸਮ ਦੇ ਲੋਕ ਨੇ, ਅੱਜ ਤੁਸੀਂ ਕਹਿੰਦੇ ਹੋ ਝੂਠ ਦੀ ਤਾਂ ਗੱਲ ਮੈਂ ਇੱਕ ਤੁਹਾਨੂੰ ਦੱਸਦਾ ਇਹਦੀ। ਇਹ ਹੁਣ ਤੁਸੀਂ ਕਦੇ ਸੁਣਿਆ, ਕਦੇ ਬੋਲਦੇ ਅਖਬਾਰਾਂ ਦੇ ਵਿੱਚ ਵਗੈਰਾ, ਜਾਂ ਕੋਈ ਪੁੱਛਦਾ ਕਿ ਬਾਦਲ ਸਾਹਿਬ ਤੁਹਾਡੀ ਉਮਰ ਕਿੰਨੀ ਹੈ, ਅਤੇ ਹਰ ਵੇਲੇ ਉਹ ਕੋਈ ਜਵਾਬ ਨਹੀਂ ਦਿੰਦੇ। ਮੈਨੂੰ ਯਾਦ ਹੈ ਜਦੋਂ ਮੈਂ ਪ੍ਰਧਾਨ ਸੀ, ਔਰ ਈਸ਼ੂ ਸਿੰਗਲਾ ਆਪਣੇ ਮਿਨਿਸਟਰ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਸੀ, ਇਹ ਮੇਰੇ ਕੋਲ ਆਇਆ ਇੱਕ ਦਿਨ ਕਿ ਬਾਦਲ ਸਾਹਿਬ ਦਾ 80ਵਾਂ ਜਨਮ ਦਿਨ ਹੈ, ਕੀ ਕਰੀਏ ਉਹਨੂੰ। ਮੈਂ ਕਿਹਾ ਜਾਓ, ਕਿੱਥੇ ਨੇ? ਕਹਿੰਦੇ ਪਿੰਡ 'ਚ ਨੇ। ਮੈਂ ਕਿਹਾ ਫਿਰ ਕੇਕ ਦਿਆ ਉਹਨਾਂ ਨੂੰ, 80ਵਾਂ ਦਿਨ ਤਾਂ ਬੜਾ ਹੁੰਦਾ। ਇਹ ਜਾ ਕੇ ਉੱਥੇ ਕੇਕ ਦਿਆ ਆਪਣੇ ਮੁੰਡਿਆਂ ਨੂੰ ਲੈ ਕੇ ਨਾਲ। ਉੱਥੇ ਕਿੰਨੇ ਸਾਲ ਹੋ ਗਏ ਉਹਨੂੰ? ਇਸ਼ੂ 10 ਸਾਲ ਹੋ ਗਏ, ਹਾਲੇ 80 ਉਹ ਨਹੀਂ ਟੱਪਿਆ। ਜਦੋਂ ਤੁਸੀਂ ਪੁੱਛੋ 80 80 80, 76 ਦਾ ਤਾਂ ਮੈਂ ਹੋ ਗਿਆ, ਇਹਦੇ 80 ਹੁੰਦੇ। ਅਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਰੱਖਦੇ ਹੋਏ ਇਜਲਾਸ ਦੇ ਵਿੱਚ ਨਜ਼ਰ ਆਏ। ਕੁਝ ਹੋਰ ਵੀ ਸਿਆਸੀ ਪ੍ਰਤੀਕਰਮ ਸਾਡੇ ਕੋਲ ਨੇ, ਵੱਖ ਵੱਖ ਜਿਹੜੀ ਪਾਰਟੀਆਂ ਹੈਗੀਆਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੀ ਕੁਝ ਪ੍ਰਤੀਕਰਮ ਸਾਨੂੰ ਦੇਣਾ ਚਾਹੁੰਦੇ ਸੀਗੇ। ਮੈਂ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਜਿਹੜੇ ਹੋਰ ਸਾਡੇ ਕੋਲ ਸਿਆਸੀ ਪ੍ਰਤੀਕਰਮ ਆਏ ਨੇ ਵਿਰੋਧੀ ਧਿਰਾਂ ਵੱਲੋਂ, ਉਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਏ। ਲਾਈਵ ਪ੍ਰਸਾਰਣ ਕੀਤਾ ਗਿਆ, ਹਾਲਾਂਕਿ ਇਜਲਾਸ ਦੇ ਆਖਰੀ ਦਿਨ ਹੰਗਾਮਿਆਂ ਦੇ ਨਾਲ ਸ਼ੁਰੂਆਤ ਹੋਈ। ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਅਕਾਲੀ ਦਲ ਨੇ ਪਹਿਲਾਂ ਵੇਲ 'ਚ ਹੰਗਾਮਾ ਕੀਤਾ ਅਤੇ ਬਾਅਦ 'ਚ ਅਕਾਲੀ ਦਲ ਨੇ ਬਾਹਰ ਜਾ ਕੇ ਮੌਕ ਸੈਸ਼ਨ ਕੀਤਾ ਅਤੇ ਕੁਝ ਦੇਰ ਮਗਰੋਂ ਹੀ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ। ਸਦਨ 'ਚ ਬੈਠੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਵੀ ਬਹਿਸ ਹੋਈ। ਇਸ ਸਭ ਦੇ ਵਿਚਾਲੇ ਬਰਗਾੜੀ 'ਚ ਮੋਰਚਾ ਲਾ ਕੇ ਬੈਠੀਆਂ ਸਿੱਖ ਜਥੇਬੰਦੀਆਂ ਦੀ ਨਜ਼ਰ ਵੀ ਵਿਧਾਨ ਸਭਾ ਦੀ ਕਾਰਵਾਈ 'ਤੇ ਬਰਾਬਰ ਬਣੀ ਰਹੀ। ਅਤੇ ਬਰਕਾੜੀ ਮੋਰਚੇ ਨੂੰ ਲੈ ਕੇ, ਬੇਦਬੀ ਮਾਮਲੇ ਨੂੰ ਲੈ ਕੇ ਜਿਹੜੀ ਸਿਆਸਤ ਹੈ ਉਹ ਇਸ ਇਜਲਾਸ ਦੇ ਵਿੱਚ ਭਗਦੀ ਹੋਈ ਨਜ਼ਰ ਆਈ। ਲੇਕਿਨ ਸਵਾਲ ਇੱਥੇ ਇਹ ਉੱਠਦੇ ਨੇ ਕਿ ਹੁਣ ਕੀ CBI ਜਿਹੜੀ ਹੈ ਉਸ ਤੋਂ ਉਠਾ ਕੇ ਜਾਂਚ ਜਿਹੜੀ ਹੈ ਹੁਣ ਪੰਜਾਬ ਪੁਲਿਸ ਕਰੇਗੀ, ਅਤੇ ਆਰੋਪ ਪ੍ਰਤਿਆਰੋਪ ਜਿਹੜਾ ਉਹ ਵੀ ਵੇਖਣ ਦੇ ਵਿੱਚ ਮਿਲਿਆ ਇਜਲਾਸ ਦੇ ਵਿੱਚ। ਇੱਕ ਹੋਰ ਸਾਡੇ ਕੋਲ ਸਿਆਸੀ ਪ੍ਰਤੀਕਰਮ ਆਏ ਹੋਏ ਨੇ ਵੱਖ ਵੱਖ ਨੁਮਾਇੰਦਿਆਂ ਦੇ, ਉਹ ਵੀ ਇੱਕ ਵਾਰੀ ਆਪਾਂ ਦਿਖਾ ਦਈਏ। ਜਿਹੜੇ ਅੱਜ ਮੈਦਾਨ ਛੱਡ ਕੇ ਭੱਜ ਗਏ, ਜੇ ਇਸ ਰਿਪੋਰਟ ਦੇ ਮੁਤਾਬਕ ਤੁਸੀਂ ਕਤਲੇਆਮ ਦਾ ਤੁਸੀਂ ਹੁਕਮ ਨਹੀਂ ਦਿੱਤਾ, ਜੇ ਇਸ ਰਿਪੋਰਟ ਦੇ ਖਿਲਾਫ ਤੁਸੀਂ ਤੁਸੀਂ ਕਤਲੇਆਮ ਦੀ ਮਨਸੂਬਾਬੰਦੀ ਨਹੀਂ ਕੀਤੀ, ਜੇ ਜ਼ਿੰਮੇਵਾਰੀ ਦੇ ਛਿੱਟੇ ਤੁਹਾਡੇ ਤੱਕ ਨਹੀਂ ਪਹੁੰਚਦੇ, ਤਾਂ ਫਿਰ ਤੁਹਾਨੂੰ ਹਾਊਸ 'ਚ ਬੈਠਣਾ ਚਾਹੀਦਾ ਸੀ। ਜੇ ਤੁਹਾਡੀ ਨੀਅਤ ਸਾਫ਼ ਹੁੰਦੀ, ਜੇ ਤੁਹਾਡਾ ਕਿਰਦਾਰ ਸਾਫ਼ ਹੁੰਦਾ, ਹਾਲਾਂਕਿ ਇਹ ਦੁਹਰਾਉਣੀ ਪਏਗੀ ਕਿ ਜਿਹੜੀ SGPC ਹੈ ਇਹ ਅਕਾਲੀ ਦਲ ਦੀ ਜੇਬ ਦੀ ਖੜੀ ਹੈ, ਇਹ ਇਹਨਾਂ ਦੇ ਹੱਥ ਦੀ ਛੜੀ ਹੈ। ਜਦੋਂ ਦਿਲ ਕਰਦਾ ਹੈ ਤਾਂ ਹੁਕਮਨਾਮਾ ਡੇਰੇ ਦੇ ਖਿਲਾਫ਼ ਦੇਤਾ, ਫਿਰ ਮਾਫ਼ੀਨਾਮਾ ਦੇਤਾ। ਔਰ ਸਾਡੀ ਨਸਲ ਦੇ ਸਪੀਕਰ ਸਾਹਿਬ ਸਿੱਧੇ ਸਾਧੇ ਲੋਕ ਹੈ, ਇਹਨਾਂ ਦੀਆਂ ਗੱਲਾਂ 'ਚ ਫਸ ਜਾਂਦੇ ਹੈ। ਬਦਕਿਸਮਤੀ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ, ਤੇ ਇਹ ਛੱਡ ਕੇ ਕੋਈ ਅਮਰੀਕਾ ਦੌੜ ਗਿਆ ਤੇ ਪ੍ਰਕਾਸ਼ ਸਿੰਘ ਬਾਦਲ UP 'ਚ ਦੌੜ ਗਿਆ। ਇਹ ਸਿੱਖੀ ਆ, ਇਹ ਕਹਿੰਦੇ ਨੇ ਗੱਲਾਂ ਕਿ ਸਿੱਖੀ ਦੇ ਲੰਬੜਦਾਰ ਆ, ਪਰ ਜਿਹੜਾ ਇਹਦੇ ਗੱਲ 'ਚ ਫੱਟੀ ਪਾਈ ਫਿਰਦਾ ਕਹਿੰਦਾ ਜੀ ਇਹ ਫਖਰੇ ਕੌਮ। ਮੈਂ ਕਹੂੰਗਾ ਇਹ ਗਦਾਰੇ ਕੌਮ ਦਾ ਖਿਤਾਬ ਇਹਨੂੰ ਦੇਣਾ ਚਾਹੀਦਾ, ਇਹ ਗਦਾਰ ਹੈ ਸਿੱਖਾਂ ਦਾ, ਇਹ ਗਦਾਰ ਹੈ ਪੰਜਾਬੀਆਂ ਦਾ।
ਤੇ ਗੁਰਦਵੇਂ ਸਿੰਘ ਜੋ ਸਾਹਿਬ ਉਦੋਂ 9 ਸਾਲ ਦੇ ਸੀ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੈ ਜਿਹੜਾ ਸ਼ਹਾਦਤ ਦੇਗਾ ਤੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣੇ ਪੰਜਾਬ ਦੀ ਚਾਦਰ ਨਹੀਂ ਬਣੇ ਉਹ ਪੂਰੀ ਦੁਨੀਆਂ ਦੀ ਚਾਦਰ ਬਣੇ ਤੇ ਮੈਂ ਤੁਹਾਡਾ ਰਾਖਾ ਹਾਂ ਤੇ ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਪਰਿਵਾਰ ਦਾ ਹੀ ਰਾਖਾ ਬਣਿਆ ਰਿਹਾ ਗੁਰੂ ਗੋਬਿੰਦ ਸਿੰਘ ਨੇ ਪੰਥ ਤੋਂ ਸਾਰਾ ਪਰਿਵਾਰ ਵਾਰ ਦਿੱਤਾ ਤੇ ਇਸ ਬਾਬੇ ਬੋੜ ਨੇ ਸਾਰੇ ਮੈਂ ਆਪਣੇ ਪਰਿਵਾਰ ਤੋਂ ਸਾਰਾ ਪੰਥ ਵਾਰ ਦਿੱਤਾ ਖਤਮ ਕਰ ਦਿੱਤਾ ਸਭ ਕੁਝ ਪੰਜਾਬ ਨੂੰ ਖਤਮ ਤੇ ਵੱਖ ਵੱਖ ਜਿਹੜੇ ਸਿਆਸੀ ਪ੍ਰਤੀਕਰਮ ਨੇ ਤੁਸੀਂ ਵੇਖੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੋਲਦੇ ਹੋਏ ਨਜ਼ਰ ਆਏ ਤੇ ਹੋਰ ਜਿਹੜੇ ਅਮੈਂਡਮੈਂਟਸ ਹੋਈਆਂ ਵੱਖ ਵੱਖ ਬਿੱਲਾਂ ਦੇ ਵਿੱਚ ਉਹ ਵੀ ਤੁਹਾਨੂੰ ਦਰਸਾਵਾਂਗੇ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਦੱਸਾਂਗੇ ਕਿ ਔਰ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਟਾਈਮ ਔਰ ਗਲਿਆਰਿਆਂ ਦੇ ਵਿੱਚ ਗੂੰਜ ਰਹੀ ਹੈ ਉਹ ਗੂੰਜ ਰਹੀ ਹੈ ਬਰਗਾੜੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਖਿਰਕਾਰ ਇਹ ਮੁੱਦਾ ਇੰਨਾ ਕਿਉਂ ਭੱਗਦਾ ਜਾ ਰਿਹਾ ਔਰ ਮੁੱਦੇ ਦੇ ਉੱਤੇ ਇੰਨੀ ਸਿਆਸਤ ਕਿਉਂ ਹੋ ਰਹੀ ਹੈ ਅਤੇ ਨਾਲ ਹੀ CBI ਤੋਂ ਹੁਣ ਜਾਂਚ ਜਿਹੜੀ ਹੈ ਉਹ ਪੰਜਾਬ ਪੁਲਿਸ ਕੋਲ ਕਿਉਂ ਆਈ ਹੈ ਇਸ ਦੇ ਪਿੱਛੇ ਕੀ ਕੁਝ ਕਾਰਨ ਹੈਗਾ ਸਿਆਸਤ ਕੀ ਕੁਝ ਕਹਿੰਦੀ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਹਨਾਂ ਸਾਰੀ ਗੱਲਾਂ ਨੂੰ ਐਨਾਲਿਸਿਸ ਕਰਨ ਦੇ ਲਈ ਸਾਡੇ ਗੈਸਟ ਨਵੀਨ ਸ਼ਰਮਾ ਜੋ ਕਿ ਪੰਜਾਬ ਦੀ ਸਿਆਸਤ ਨੂੰ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਜਾਣਦੇ ਹਨ ਪਿਛਲੇ 25 ਸਾਲਾਂ ਤੋਂ ਪੰਜਾਬ ਦੀ ਸਮਾਜਿਕ ਜਾਂ ਧਾਰਮਿਕ ਜਾਂ ਫਿਰ ਪੰਜਾਬ ਦੇ ਜਿਹੜੇ ਹੋਰ ਸਿਆਸੀ ਮਸਲੇ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਨੇ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੋ ਕਿ ਵਿਚਾਰ ਵਟਾਂਦਰਾ ਇਸ ਮੁਤਲਕ ਕਰਨਗੇ ਅਤੇ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਕੀ ਲੱਗਦਾ ਅੱਜ ਦੀ ਅਸੈਂਬਲੀ ਤੋਂ ਬਾਅਦ ਅੱਜ ਦੇ ਸੈਸ਼ਨ ਤੋਂ ਬਾਅਦ ਪਿਛਲੇ 2 ਦਿਨਾਂ ਤੋਂ ਅਸੀਂ ਐਨਾਲਿਸਿਸ ਕਰ ਰਹੇ ਹਾਂ ਕਿ ਇਹ ਹੋ ਸਕਦਾ ਔਰ ਕਿੱਥੇ ਨਾ ਕਿੱਥੇ ਉਹ ਜਿਹੜੀ ਗੱਲ ਹੈ ਉਹ ਸੱਚ ਵੀ ਹੋ ਰਹੀ ਹੈ ਜੋ ਅਸੀਂ ਮੁੱਦੇ ਦੇ ਉੱਤੇ ਉਠਾ ਰਹੇ ਹਾਂ ਔਰ ਜੋ ਗੱਲ ਤੁਸੀਂ ਵੀ ਸਾਡੇ ਨਾਲ ਸਾਂਝੀ ਕਰ ਰਹੇ ਹੋ ਕਿ ਹਰਕੀਰਤ ਇਹ ਹੋ ਸਕਦਾ ਔਰ ਬਿਲਕੁਲ ਅਸੀਂ ਉਹਨਾਂ ਸਾਰੇ ਦਰਸ਼ਕਾਂ ਦੀ ਐਨਾਲਿਸਿਸ ਨੂੰ ਉਹਨਾਂ ਦੀ ਸਾਰੀ ਐਨਾਲਿਸਿਸ ਨੂੰ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਜੋ ਸੋਚਿਆ ਉਹੀ ਲਗਭਗ ਜਿਹੜਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਆਈ ਵੁੱਡ ਲਾਈਕ ਟੂ ਐਪਰੀਸ਼ੀਏਟ ਆਲ ਆਫ ਮਾਈ ਵਿਊਅਰਸ ਜਿਨ੍ਹਾਂ ਨੇ ਇਸ ਗੱਲ ਨੂੰ ਅਮਲੀ ਜਾਮਾ ਵੀ ਬਣਾਇਆ ਕਿ ਇਹ ਹੋਏਗਾ ਔਰ ਹੋਇਆ ਵੀ ਮੇਰੇ ਕੋਲ ਹੋਰ ਵੀ ਸਿਆਸੀ ਪ੍ਰਤੀਕਰਮ ਨੇ ਵੱਖ ਵੱਖ ਜਿਹੜੇ ਸਾਡੇ ਵਿਰੋਧੀ ਧਿਰ ਦੇ ਆਗੂ ਸੀਗੇ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਔਰ ਨਵਜੋਤ ਸਿੰਘ ਸਿੱਧੂ ਦੀ ਆਪਸ ਦੇ ਵਿੱਚ ਜੋ ਇੱਕ ਟਕਰਾਵ ਹੋਇਆ ਉਹ ਮੁੱਖ ਦਾ ਕੇਂਦਰ ਬਣਿਆ ਅਸੈਂਬਲੀ ਦੇ ਵਿੱਚ ਉਹ ਵੀ ਤੁਹਾਨੂੰ ਦਰਸਾਵਾਂਗੇ ਲੇਕਿਨ ਫਿਲਹਾਲ ਮੈਂ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲੈ ਰਹੇ ਔਰ ਜਦ ਵਕਫੇ ਤੋਂ ਬਾਅਦ ਆਵਾਂਗਾ ਕਰਾਂਗੇ ਸਾਰੀ ਗੱਲਾਂ ਦੇ ਉੱਤੇ ਗੱਲਬਾਤ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਨੇ ਸਾਨੂੰ ਕਾਲ ਕਰਨਾ ਸ਼ੁਰੂ ਕਰ ਦਿੱਤਾ ਮੈਂ ਅੱਜ ਕੋਈ ਗੈਸਟ ਨਹੀਂ ਲੈ ਰਿਹਾ ਇਸ ਬ੍ਰੇਕ ਤੋਂ ਬਾਅਦ ਮੈਂ ਔਰ ਨਵੀਨ ਜੀ ਹੀ ਹੋਵਾਂਗੇ ਐਨਾਲਿਸਿਸ ਕਰਾਂਗੇ ਔਰ ਤੁਸੀਂ ਹੋਵੋਗੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਸ ਬ੍ਰੇਕ ਤੋਂ ਉਸ ਪਾਰ